ने मंत्री को बुलाया और कहा, अरे जाओ इसे हमारी गौशाला में ले जाओ, सबसे श्रेष्ठ जो बैल होगा, जो इसके बैल का जोड़ीदार बन पाए, इसे दे दो जाकर। उस सेठ ने हाथ जोड़ लिए, महाराज क्षमा करें, आपकी गौशाला में ऐसा कोई बैल नहीं है जो मेरे बैल का जोड़ीदार बन सके। राजा ने कहा, उत्तम कोटि के बैल, उत्तम कोटि की गाय हमारी गौशाला में है, लेकिन हमें नहीं मिलेगा। उसने कहा, मैं सत्य कह रहा हूँ महाराज, आपको विश्वास न हो तो स्वयं आप मेरे बैल को मेरे घर चल कर देखें। राजा, रानी, मंत्री उसी समय उसके साथ उठकर चल पड़े। जैसे वहाँ पर गए, जाकर देखा, सबको ले गया और ले जाकर उस बैल से कपड़ा हटाया तो दिखाया, ये देखिए महाराज मेरा बैल कैसे चल गया। गई हीरे जवाहरात से जड़ा उसका बैल था। राजा ने देखा तो रानी से कहने लगी, रानी इस दरिद्र की दरिद्रता मैं तो क्या, साक्षात कुबेर भी आ जाए तो वो भी दूर नहीं कर पाएंगे। इसके बैल का जोड़ीदार मैं इसे कहाँ से दूं, जिसे वो प्रभु से वो अपने राम से दूर होता चला जाता है। इसलिए भक्त सदैव अपने प्रभु से निवेदन करते हैं, प्रार्थना करते हैं, हे प्रभु मुझे क्षमा करें, मुझ पर दया करें, मुझ पर। और इन पितृ आत्माओं ने इस स्थान के लिए अपने जाने वाली है और बहुत लंबा इतिहास है। तो जब समय आता है तो अपने आप जिससे परमात्मा ने काम करवाना है, जिसको स्नेह मिलना है उसको ही मिलना है, किसी और को नहीं मिलना। लाभ जो वाले को छह चीजें परमात्मा ने अपने हाथ में रखी है, हानि लाभ जीवन मरण यश अपयश। आज बहुत ही खुशियां भरा दिहाड़ा श्री राम चंद्र जी महाराज उन्होंने स्थान पे आज श्री रामचंद्र जी महाराज विराजमान हुए हैं। और सवेरे तो मंदिरों के विच बहुत बड़े आयोजन, पूजा पाठ और साडे इस समारोह नूं अज शाम नूं मेरे वीरां ने
ਸੁਰੇਸ਼ ਸਾਹਿਬ, ਸਾਡੇ ਦੀਪਕ ਮਦਾਨ ਸਾਹਿਬ, ਸੰਦੀਪ ਪੰਡਿਤ ਜੀ, ਰਮਨ ਮਲਹੋਤਰਾ ਜੀ, ਅਨਿਲ ਸ਼ੁਕਲਾ, ਔਰ ਉਹਨਾਂ ਦੇ ਨਾਲ ਕਾਲੀਆ ਸਾਹਿਬ, ਜੈਨ ਸਾਹਿਬ ਔਰ ਬਹੁਤ ਸਾਰੇ ਸਾਹਿਬ ਜਿਹਨਾਂ ਦੇ ਮੈਂ ਨਾਂ ਨਹੀਂ ਲੈ ਸਕਦਾ। ਤੁਸੀਂ ਸਾਰਿਆਂ ਨੇ ਯੋਗੀ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਖਾਸ ਤੌਰ ਤੇ ਮਨੀ ਮਹੇਸ਼ ਮੰਦਰ, ਉਹਦੀ ਪ੍ਰਬੰਧਕ ਕਮੇਟੀ ਔਰ ਸ਼ਹਿਰ ਵਾਸੀਆਂ ਨੇ, ਉਹ ਸਭ ਤੁਹਾਡੇ ਸਹਿਯੋਗ ਨਾਲ ਹੋ ਰਿਹਾ। ਔਰ ਰੌਣਕਾਂ ਮੇਰਾ ਵੀਰ ਗੋਗਨਾ, ਮੇਰਾ ਗੋਗਨਾ, ਇਹਨਾਂ ਨੇ ਅੱਜ ਰੌਣਕਾਂ ਲਾਈਆਂ ਔਰ ਇਹਦੇ ਨੂੰ ਵੱਡਾ ਦਿਹਾੜਾ ਆਪਣੇ ਹਿੰਦੁਸਤਾਨ ਦੇ ਵਿੱਚ ਮੈਂ ਸਮਝਦਾ ਇਸ ਸਦੀ ਦੇ ਵਿੱਚ ਕੋਈ ਨਹੀਂ ਆਇਆ। ਹੁਣ ਮੈਂ ਭਾਸ਼ਣ ਨਹੀਂ ਦੇਣਾ ਚਾਹੁੰਦਾ, ਸਭ ਨੂੰ ਵਧਾਈ ਦੇਣਾ ਚਾਹੁੰਦਾ ਕਿਉਂਕਿ ਇਹ ਸਾਂਝਾ ਪਰਵ ਹੈ। ਕਿਸੇ ਮੈਂ ਹੁਣ ਮਾਈਕ ਮੇਰੇ ਹੱਥ ਚ ਆ ਗਿਆ ਤਾਂ ਮੈਂ ਕਹਾਂ ਮੇਰਾ ਹੀ ਆ, ਨਹੀਂ ਯਾਰ, ਇਹ ਆਪਣਾ ਸਾਰਿਆਂ ਦਾ ਸਾਂਝਾ। ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕ ਔਰ ਪ੍ਰਬੰਧਕਾਂ ਨੂੰ ਦੇਖੋ, ਇਹ ਸ਼ੁਕਲਾ ਜੀ ਦੀ ਦਿਆਨਤਦਾਰੀ ਆ, ਮੇਰੀ ਗੱਲ ਬਣਾਉਣੀ ਸੀ ਕੁੜਤਾ ਮੈਨੂੰ ਇਹਨਾਂ ਨੇ ਸਵਾ ਕੇ ਦਿੱਤਾ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਕੀ ਕਰੇ ਵੀਰ ਬਜਰੰਗੇ। ਹੋਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਇਹ ਕੁੜਤਾ ਪਾ ਕੇ ਮੇਰੀਆਂ ਜਾਣਾ ਵੀਡੀਓ ਵਟਸਐਪ ਹੋਈਆਂ, ਫੋਟੋਆਂ ਵਟਸਐਪ ਹੋਈਆਂ, ਤਾਂ ਕੇਵਲ ਢਿੱਲੋਂ ਜੀ ਬੀਜੇਪੀ ਚ ਨੇ ਔਰ ਬਹੁਤ ਸਾਰੇ ਬੀਜੇਪੀ ਦੇ ਹੋਰ ਲੀਡਰ ਸੀਗੇ, ਅਸੀਂ ਇੱਕ ਵਿਆਹ ਦੇ ਵਿੱਚ ਮਿਲੇ ਤੇ ਮੈਨੂੰ ਕਹਿੰਦੇ ਯਾਰ ਕੁੜਤਾ ਕਮਾਲ ਦਾ ਸੀ, ਕਹਿੰਦੇ ਵੀ ਮੈਂ ਵੀ ਬਰਨਾਲੇ ਜਾਣਾ ਤੇ ਮੈਨੂੰ ਦੱਸ ਮਿਲੂਗਾ ਕਿੱਥੋਂ। ਮੈਂ ਕਿਹਾ ਸਾਡੀ ਪ੍ਰਬੰਧਕ ਕਮੇਟੀ ਲੈ ਕੇ ਦੋ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਦਿਨ ਹੈਗਾ ਪੂਰੀ ਦੁਨੀਆਂ ਵਾਸਤੇ ਔਰ ਅੱਜ ਵੱਖ ਵੱਖ ਮੰਦਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਪੂਰੇ ਦੇਸ਼ ਦੇ ਵਿੱਚ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਬਹੁਤ ਹੀ ਵਧੀਆ, ਅੱਛਾ ਔਰ ਦਿਲ ਸਕੂਨ ਦੇ ਨਾਲ ਸਮਾਂ ਵਾ, ਜਿਸ ਪਾਸੇ ਮਰਜ਼ੀ ਚਲ ਜਾਓ ਹਰ ਪਾਸੇ ਮਾਹੌਲ ਰਾਮਮਈ ਬਣਿਆ ਹੋਇਆ ਵਾ। ਬੜੀ ਖੁਸ਼ੀ ਦੀ ਗੱਲ ਵਾ ਵੀ ਇਹਦੇ ਚ ਸਾਰੇ ਹੀ ਹਿੰਦੂ, ਸਿੱਖ, ਈਸਾਈ, ਮੁਸਲਮਾਨ ਸਾਰੇ ਹੀ ਭਾਗੀ ਲੈ ਭਾਗ ਲੈ ਰਹੇ ਆ। ਬੜੀ ਖੁਸ਼ੀ ਦੀ ਗੱਲ ਇਹ ਆ ਵੀ ਖੁਸ਼ੀ ਕਲੀ ਸਾਨੂੰ ਨਹੀਂ ਹੋਈ, ਸਾਰੇ ਹੀ ਮੁਲਕ ਨੂੰ, ਸਾਰੇ ਹੀ ਵਿਸ਼ਵ ਨੂੰ ਖੁਸ਼ੀ ਇਸ ਗੱਲ ਦੀ। ਇਹ ਭਗਵਾਨ ਜੀ ਦੁਆਰਾ ਵਿਰਾਜਮਾਨ ਹੋਏ 500 ਸਾਲ ਬਾਅਦ, ਤੇ ਮੈਂ ਤੁਹਾਡੇ ਚੈਨਲ ਥਰੂ ਵਧਾਈ ਦਿੰਦਾ ਹਾਂ ਸਾਰੇ ਹੀ ਹਿੰਦੂ ਸਮਾਜ ਨੂੰ, ਸਾਰੇ ਸਿੱਖ ਸਮਾਜ ਨੂੰ, ਈਸਾਈ ਸਮਾਜ ਨੂੰ ਔਰ ਮੁਸਲਿਮ ਸਮਾਜ ਨੂੰ ਵੀ ਉਹਨਾਂ ਦਾ ਵੀ ਯੋਗਦਾਨ ਆ। ਅੱਜ ਇਹ ਨਾਮ ਮਾਹੌਲ ਬਣਿਆ ਹੋਇਆ ਵਾ, ਤੁਸੀਂ ਦੇਖ ਰਹੇ ਹੋ ਵੀ ਹਰ ਕੋਈ ਪਾਰਟੀ ਤੋਂ ਉੱਪਰ ਉੱਠ ਕੇ ਇੱਥੇ ਆ ਰਿਹਾ ਵਾ, ਇੱਥੇ ਨਹੀਂ ਸਾਰੇ ਮੁਦਰਾਂ 'ਚ ਆ ਰਿਹਾ ਵਾ। ਤੇ ਮੇਰੀ ਸਮਾਜ ਨੂੰ ਅਪੀਲ ਆ ਵੀ ਇਹੋ ਜਿਹੇ ਸਮਾਗਮ ਆਪਾਂ ਵਾਰ ਵਾਰ ਕਰਦੇ ਰਹੀਏ ਤਾਂ ਕਿ ਸਾਡਾ ਸਾਰਾ ਸਮਾਜ ਇੱਦਾਂ ਰਹੇ। ਤੇ ਮੈਂ ਫਿਰ ਦੁਆਰਾ ਵਧਾਈ ਦਿੰਦਾ ਵਾਂ ਔਰ ਪਰਮਾਤਮਾ ਅੱਗੇ ਇਹ ਦੁਆ ਕਰਦਾ ਵਾਂ, ਇਹ ਬੇਨਤੀ ਕਰਦਾ ਵਾਂ ਵੀ ਸਾਡਾ ਸਾਰਾ ਹਮੇਸ਼ਾ ਜਿਹਾ ਸਾਥ ਰਿਹਾ, ਇੱਦਾਂ ਹੀ ਰਹੇ, ਇੱਦਾਂ ਹੀ ਭਾਈਚਾਰੇ ਨਾਲ ਤੁਰੀਏ, ਭਾਈਚਾਰੇ ਨਾਲ ਇਕੱਠੇ ਹੋਈਏ, ਭਾਈਚਾਰੇ ਨਾਲ ਸਮਾਗਮ ਮੰਗਾਈਏ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।